ਜਨਤਾ ਦਾ ਖਾਧਾ ਪੈਸਾ ਵਾਪਸ ਜਿਹਦਾ ਕੋਈ ਟਾਈਮ ਨੀ, ਰਾਤ ਦੇ ਡੇਢ ਵਜੇ ਕਹਿੰਦੇ ਲਾਈਟ ਆਊਗੀ ਨਾ, ਪਹਿਲਾਂ ਸੌ ਸਕਦਾ ਹੈ ਨਾ ਬਾਅਦ ਚ। ਅਸੀਂ ਫੈਸਲਾ ਕੀਤਾ ਕਿ ਬਿਜਲੀ ਜੋ ਹੀ ਦੇਣੀ ਕਿਸਾਨ ਨੂੰ, ਰਾਤ ਨੂੰ ਫਿਰ ਕੱਪਾਂ ਦੀਆਂ ਸਿਗੀਆਂ ਕਿਉਂ ਮਿਤਣੀਆਂ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ, ਉਹ ਤੁਹਾਡੇ ਘਰ ਪਹੁੰਚਣ ਲੱਗ ਗਿਆ, ਉਹ ਤੁਹਾਡੇ ਘਰ ਪਹੁੰਚ ਹਰੇਕ ਕੰਮ ਜਿਹੜੇ ਹੋਣਗੇ ਸਰਕਾਰੀ, ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਸਰਟੀਫਿਕੇਟ ਬਣਾਉਣੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆਂ ਤੋਂ ਲਿਆ ਨਹੀਂ ਜਾ ਸਕਦਾ। ਮੈਂ ਅੱਜ ਪਹਿਲਾਂ ਮੋਗੇ ਜਾਊਂਗਾ ਵਲੰਟੀਅਰ, ਉਸ ਤੋਂ ਬਾਅਦ ਰਸਤੇ ਚ ਤੁਸੀਂ ਫੜ ਕੇ ਇੰਨਾ ਪਿਆਰ ਦੇ ਰਹੇ ਹੋ, ਮੈਂ ਤਾਂ ਸੋਚਿਆ ਨਹੀਂ ਸੀ, ਪਰ ਜਦੋਂ ਵੀ ਇੱਥੋਂ ਦੀ ਲੰਘੇ ਆਪਾਂ ਮੇਰੇ ਥੋੜਾ ਬਹੁਤ ਸਹਿਕਦੇ ਜੇ ਨੇ ਉਹਨਾਂ ਦਾ, ਉਹਨਾਂ ਨੂੰ ਹੁਣ ਦੱਸ ਦੋ ਕਿ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ ਚ ਆ ਗਿਆ। ਮੈਂ ਕਿਸੇ ਦੀ ਨਿੰਦਿਆ ਤੁਗਲੀ ਨਹੀਂ ਕਰਦਾ, ਪਰ ਮੈਂ ਆਪਦੇ ਕੰਮ ਤਾਂ ਤੁਸੀਂ ਦੱਸ ਸਕਦੇ ਹੋ ਨਾ, 2 ਸਾਲਾਂ ਦੇ ਵਿੱਚ ਬਿਜਲੀ ਦੇ ਬਿੱਲ 90% ਘਰਾਂ ਨੂੰ ਜ਼ੀਰੋ ਆਉਂਦੇ ਆ, 40,000 ਸਰਕਾਰੀ ਨੌਕਰੀਆਂ ਮਿਲ ਗਈਆਂ, ਤੁਹਾਡੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਜਿਹਨਾਂ ਨੌਕਰੀ ਮਿਲੀ ਹੋਵੇ, ਬਿਨਾਂ ਸਿਫਾਰਿਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ ਨੌਕਰੀਆਂ ਮਿਲੀਆਂ ਨੇ। ਬਿਜਲੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ, ਬਲਕਿ ਮੈਂ ਇਹ ਸੋਚਿਆ ਹੋਇਆ ਕਿ ਹਰੇਕ ਦਫ਼ਤਰ ਦਾ ਟਾਈਮ ਦੇਰੀ ਦਾ ਹੁੰਦਾ, 9 ਵਜੇ ਤੋਂ ਲੈ ਕੇ 5 ਵਜੇ ਤੱਕ, ਜਾਂ ਤਾਂ 98% ਦਫ਼ਤਰ ਦਾ ਟਾਈਮ ਦਿੰਦਾ। ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨੀ, ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ, ਪਹਿਲਾਂ ਸੌ ਸਕਦਾ ਹੈ ਨਾ ਬਾਅਦ ਚ। ਅਸੀਂ ਫੈਸਲਾ ਕੀਤਾ ਕਿ ਬਿਜਲੀ ਜੋ ਹੀ ਦੇਣੀ ਕਿਸਾਨ ਨੂੰ, ਰਾਤ ਨੂੰ ਫਿਰ ਕੱਪਾਂ ਦੀਆਂ ਸਿਗੀਆਂ ਕਿਉਂ ਮਿਤਣੀਆਂ ਪੈਣ। ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਹੈ ਕਿ ਬਿਜਲੀ ਆਉਂਦੀ ਆਉਂਦੀ ਹੈ, ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਣਕ ਪੱਕੀ ਪੂਰੀ, ਕਣਕ ਇੱਕ ਦਿਨ ਵੀ ਰਾਤ ਨੂੰ ਖੇਤ ਨੀ ਗਏ ਅਸੀਂ ਘਰੇ ਪਰਿਵਾਰ ਨਾਲ, ਆਪਣਾ ਟਾਈਮ ਤੇ ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਿਲਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ, ਉਹ ਤੁਹਾਡੇ ਘਰ ਪਹੁੰਚਣ ਲੱਗ ਗਿਆ, ਉਹ ਤੁਹਾਡੇ ਘਰ ਪਹੁੰਚ ਹਰੇਕ ਕੰਮ ਜਿਹੜੇ ਹੋਣਗੇ ਸਰਕਾਰੀ, ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਸਰਟੀਫਿਕੇਟ ਬਣਾਉਣੇ। ਹਾਂਜੀ, ਉਹ ਨੀ ਕੋਈ ਏਦਾਂ ਦਾ ਕੰਮ ਨੀ ਹੋਊਗਾ, ਕੋਈ ਏਦਾਂ ਦੀ ਫਰਜ਼ ਵਰਤਾਈ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ। ਹਾਂ, ਇਹੋ ਜਿਹੀ ਪਹਿਲ ਨੂੰ ਕਰਦਾ ਨੀ ਦੁਬਾਰਾ ਚਾਲੂ ਕਰਤੇ ਦੇਣ ਦਿਆ ਟਿਊਬਵੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ, ਨਹਿਰ ਦੇ ਪਾਣੀ ਨਾਲ ਖੇਤਾਂ ਨੂੰ ਪਾਣੀ ਲੱਗ ਰਿਹਾ,
ਹਰ ਰੋਜ਼ 12 ਤੋਂ 13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ, ਹਰ ਰੋਜ਼ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਇਮ ਕਰਦੇ ਨੇ ਪੰਜਾਬ ਚ, ਜੋ ਟਿਊਬਵੈਲ ਖੜ ਗਏ 14.5 ਲੱਖ ਟਿਊਬਵੈਲ ਹੈ ਪੰਜਾਬ ਚ, ਤਾਂ ਥੱਲੋ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਬਬਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ, ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ, ਉਹ ਚ ਮਿਨਰਲਸ ਆਉਂਦੇ ਨੇ, ਹੈ ਨਾ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ ਮਾਨ ਸਾਹਿਬ, ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲੀ ਜਾਓ, ਜਿਹਨਾਂ ਨੇ ਖਾਧਾ ਉਹਨਾਂ ਦਾ ਮੈਂ ਕਿਤੇ ਪੈਸਾ ਵੀ ਨੀ ਛੱਡਦਾ, ਔਰ ਜਨਤਾ ਦਾ ਖਾਧਾ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ। ਆਮ ਆਦਮੀ ਕਲੀਨਿਕ ਖੋਲਾਂਗੇ, ਸਕੂਲ ਸ਼ਾਨਦਾਰ ਹੋਵੇ, ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨੀ ਮਿਲਦੀਆਂ ਅੰਦਰੋਂ ਹੀ ਮਿਲਣਗੀਆਂ, ਜੇ ਕੋਈ ਦਵਾਈ ਹੈ ਨੀ ਡਾਕਟਰ ਬਾਹਰੋਂ ਲੈ ਕੇ ਆਊਗਾ, ਮਰੀਜ਼ ਨੀ ਜਾਊਗਾ ਬਾਹਰ, ਇਸੇ ਤਰ੍ਹਾਂ ਹੁੰਦਾ ਹੁੰਦਾ ਜੀ। ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ, ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ, ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਉਂਗੇ, ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰ ਲਉਂਗੇ, ਉਹਨਾਂ ਦੇ ਨਾਲ ਖੜਾਂਗੇ ਚਟਾਨ ਵਾਂਗੂ। ਇਹ ਮੌਕਾ ਇੱਕ ਟਾਈਮ ਹੈ ਜੀ, ਸੰਕਟ ਦਾ ਸਮਾਂ ਵਫਾਦਾਰੀਆਂ ਪਰਖ ਲੈਂਦਾ, ਤੁਸੀਂ ਇੰਨੀ ਭਾਰੀ ਗਿਣਤੀ ਚ ਨਾਲ ਖੜੇ ਹੋ, ਫਰਕ ਉਹਨਾਂ ਨੇ ਦੱਸ ਦਿੱਤਾ 2024 ਦੀ ਇਲੈਕਸ਼ਨ ਦਾ, ਸਮਝ ਲਓ ਮੇਰਾ ਇਹ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ, ਆਪਣੀ ਕੋਈ ਸਮੱਸਿਆਵਾਂ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ, ਮੈਨੂੰ ਫੜਾ ਦਿਓ, ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹਦੇ ਨਾਲ ਸ਼ਕਤੀ ਇੰਨੀ ਵੱਧ ਜੂਗੀ ਕਿ ਸੈਂਟਰ ਦੀ ਮਜਾਲ ਨੀ ਹੈਗੀ ਤੇ ਇੱਕ